हाँ जी आओ विरवन प्लीज सौम्या सॉरी अज मैं सोना बन गया कहते तू बहुत बन गया भोला अज हूँ फिल्म अज भोला फिल्मों का मैं कहना लोगों का He's a very talented actor. Every day was a learning experience for him. ਮੈਂ ਹਮੇਸ਼ਾ ਹੀ ਇੱਕ ਗੱਲ ਕਹਿੰਦਾ ਹੁੰਦਾ ਕਿ ਜ਼ਮੀਨ ਨਹੀਂ ਵੇਚਣੀ ਚਾਹੀਦੀ ਕਿਉਂਕਿ ਆਉਣ ਵਾਲੇ ਟਾਈਮ 'ਚ ਜ਼ਮੀਨ ਦੀ ਜਿਹੜੀ ਕੀਮਤ ਆ ਉਹ ਬਹੁਤ ਵੱਡੀ ਆ ਇਸ ਬੰਦੇ ਦੀ ਫਿਲਮ ਲਿਖੀ ਆ ਦੇਖੋ ਮੁੰਡਾ ਯੰਗ ਸੋ ਸਾਡੀ ਕੋਸ਼ਿਸ਼ ਸੀ ਕਿ ਇਹ 'ਚ ਜਿੰਨੇ ਆਉਣ ਯੰਗ ਮੁੰਡੇ ਆਉਣ ਹੈ ਨਾ ਸੋ ਸਾਡਾ ਡਾਇਰੈਕਟਰ ਦੇਖੋ ਸਾਡਾ ਰਾਈਟਰ ਦੇਖੋ ਹੈ ਨਾ ਸੋ ਸਾਨੂੰ ਲੱਗਦਾ ਸਾਡੇ ਕੋਲ ਬਹੁਤ ਸਟਰੋਂਗ ਟੀਮ ਹੈ ਅੱਗੇ ਵੀ ਬਹੁਤ ਖਤਰਨਾਕ ਬਣਾਵਾਂਗੇ ਰੋਟੀ ਕਰਕੇ ਬੈਠੇ ਹਾਂ ਆਪਾਂ ਵੀ ਇੱਥੇ ਰੋਟੀ ਮੈਨੂੰ ਤਾਂ ਡਾਇਲੋਗ ਹੀ ਸਭ ਤੋਂ ਵੱਧ ਵਧੀਆ ਉਹੀ ਲੱਗਦਾ ਵੀ ਰੋਟੀ ਤਾਂ ਮਿਲ ਜੂਗੀ ਆਪਾਂ ਰੋਟੀ ਕਰਕੇ ਬੈਠੇ ਹਾਂ ਇੱਥੇ ਸਾਰੇ ਅਸੀਂ ਵੀ ਰੋਟੀ ਕਰਕੇ ਕੰਮ ਕਰਦੇ ਹਾਂ ਹਾਂਜੀ ਆਓ ਵੀਰਵਨ ਪਲੀਜ਼ ਸੌਮਿਆ ਸੌਰੀ ਤੁਸੀਂ ਮੈਨੂੰ ਕਹੀ ਹਲੇ ਹੋਏ ਅੱਜ ਦਿਮਾਗ ਬੜੇ ਪਾਸੇ ਚੱਲ ਰਿਹਾ ਤੂੰ ਸੌਰੀ ਸੌਮਿਆ ਵੀਰਵਨ ਅਜੇ ਆਏ ਅੱਜ ਮੈਂ ਸੋਹਣਾ ਬਣ ਗਿਆ ਕਹਿੰਦੇ ਤੂੰ ਬਹੁਤ ਬਣ ਗਿਆ ਭੋਲਾ ਅੱਜ ਹੁਣ ਫਿਲਮ ਅੱਜ ਭੋਲਾ ਫਿਲਮਾਂ ਦਾ ਮੈਂ ਕਹਿੰਦਾ ਲੋਕਾਂ ਦਾ ਸੋ ਉਹ ਲੋਕ ਸਿਨੇਮੇ 'ਤੇ ਦੇਖਣ ਮੈਂ ਤਾਂ ਕਰਕੇ ਸੋਹਣਾ ਬਣ ਗਿਆ ਸੋਮੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਫਿਲਮ ਦੇ ਬਾਰੇ ਵੈਰੀ ਐਕਸਾਈਟਡ ਇਟਸ ਮਾਈ ਡੈਬਿਊ ਫਿਲਮ ਐਂਡ ਨਥਿੰਗ ਬੈਟਰ ਆਈ ਹੈਵ ਐਨ ਅਮੇਜ਼ਿੰਗ ਕਾਸਟ ਹੇਅਰ ਪ੍ਰੈਜ਼ੈਂਟ ਵਿਦ ਮੀ ਸੋ ਇਟਸ ਐਨ ਅਮੇਜ਼ਿੰਗ ਥਿੰਗ ਅੱਛਾ ਮੈਨੂੰ ਲੱਗ ਰਿਹਾ ਜਗਜੀਤ ਭਾਜੀ ਹਜੇ ਵੀ ਕੈਰੈਕਟਰ ਤੋਂ ਬਾਅਦ ਵੀ ਪੂਰੇ ਐਕਸਾਈਟਡ ਨੇ ਵਾਰੀ ਆ ਜੇ ਰਿਜ਼ਲਟ ਆਉਣਾ ਤੁਸੀਂ ਫਿਲਮ ਦੇ ਵਿੱਚ ਇਕੱਠੇ ਕੰਮ ਕਰ ਰਹੇ ਸੀ ਸ਼ੂਟ ਕਰ ਰਹੇ ਸੀ ਸਭ ਕੁਝ ਸੀਗਾ ਹਾਂਜੀ ਚੱਲ ਗਈ ਤੇ ਬਾਅਦ ਚੋਂ ਆਪਾਂ ਦੋ ਬਣਾ ਦਈਏ ਪਾਰਟ 2 ਇਹਦਾ ਆਊਗਾ ਕਹਾਣੀ ਅਜੇ ਪੂਰੀ ਨਹੀਂ ਹੋਈ ਬਸ ਇਹੀ ਸਾਨੂੰ ਵੀ ਇਹੀ ਲੱਗਦਾ ਕਿ ਜੋ ਹੋ ਰਿਹਾ ਹੈ ਨਾ ਆਪਾਂ ਗਲਤ ਸਹੀ ਵਾਲੇ ਪਾਸੇ ਤਾਂ ਗਏ ਹੀ ਨਹੀਂ ਤੇ ਸਾਨੂੰ ਲੱਗਿਆ ਕਿ ਕਮ ਸੇ ਕਮ ਇਹ ਫਿਲਮ ਦੇਖ ਕੇ ਤੁਹਾਡੇ ਦਿਮਾਗ 'ਚ ਕੁਐਸਚਨ ਮਾਰਕ ਤਾਂ ਬਣ ਜੂਗਾ ਨਾ ਕਿ ਤੁਸੀਂ ਕੀ ਕਰਨਾ ਮੈਂ ਹਮੇਸ਼ਾ ਹੀ ਇੱਕ ਗੱਲ ਕਹਿੰਦਾ ਹੁੰਦਾ ਕਿ ਜ਼ਮੀਨ ਨਹੀਂ ਵੇਚਣੀ ਚਾਹੀਦੀ ਕਿਉਂਕਿ ਆਉਣ ਵਾਲੇ ਟਾਈਮ 'ਚ ਜ਼ਮੀਨ ਦੀ ਜਿਹੜੀ ਕੀਮਤ ਆ ਉਹ ਬਹੁਤ ਵੱਡੀ ਆ ਕਿਉਂਕਿ ਰੋਟੀ ਤਾਂ ਹਰੇਕ ਬੰਦੇ ਖਾ ਕੇ ਸੌਂਦਾ ਕਈ ਵਾਰੀ ਅਸੀਂ ਜਿਵੇਂ ਕਹਿ ਦਈਏ ਥੋੜ੍ਹਾ ਘੱਟ ਸੋਚਦੇ ਹਾਂ ਵੀ ਹਾਂ ਇੰਨੇ ਪੈਸੇ ਮਿਲ ਕੇ ਅਤੇ ਉਹ ਚੀਜ਼ ਵੇਚ ਦਿੰਦੇ ਹਾਂ ਪਰ ਜ਼ਮੀਨ ਮੈਨੂੰ ਲੱਗਦਾ ਨਹੀਂ ਵੇਚਣੀ ਚਾਹੀਦੀ ਔਰ ਅੱਜ ਕੱਲ੍ਹ ਜੋ ਜ਼ਮੀਨ ਵੇਚਦਾ ਮੈਨੂੰ ਬਹੁਤ ਅਮੂਰਖਤਾ ਲੱਗਦੀ ਜੇ ਜ਼ਮੀਨ ਦੀ ਅਹਿਮੀਅਤ ਨਹੀਂ ਵੇਚਣੀ ਸੋਮਿਆਂ ਦੀ ਗੱਲ ਕਰਾਂਗੇ ਮਤਲਬ ਉਹਨਾਂ ਨੂੰ ਦੇਖ ਕੇ ਬਹੁਤ ਸਰਪ੍ਰਾਈਜ਼ ਹੋ ਗਏ ਕਿ ਇੰਨਾ ਬਦਲਾਅ ਵੀ ਆ ਸਕਦਾ ਹੈ ਇੱਕ ਐਕਟਰ ਇੰਨਾ ਬਦਲਾਅ ਕਰ ਸਕਦਾ ਤੇ ਤੁਹਾਡੇ ਕਿਰਦਾਰ ਦੇ ਨਾਲ ਜਿਹੜਾ ਤੁਸੀਂ 50 ਦਾ ਨੂਰ ਦਿੱਤਾ ਪਿਆਰ ਦੀ ਪਰਿਭਾਸ਼ਾ ਜਿਹੜੀ ਬਿਆਨ ਕੀਤੀ ਸੋ ਕੋਈ ਵੀ ਹੁੰਦਾ ਜੇ ਤੁਸੀਂ ਕੁਝ ਕਹਿਣਾ ਚਾਹੋ ਕਿ ਅਸਲ ਪਿਆਰ ਦੀ ਆਓ ਜੀ ਆਓ ਤੁਸੀਂ ਕਹੋ I think that was the most beautiful part of the film and it was one of the first shots jo humne saath mein kiya tha so I think wahi beauty hai is pure film ki apart from the concept wo cheez ko achhi tarah connect karna apne mein bahut achhi baat thi to I very happy
ਵੈਰੀ ਤੁਹਾਡੇ ਦੋਨਾਂ ਦੇ ਕੈਰੈਕਟਰ ਦੀ ਗੱਲ ਕਰੀ ਤਾਂ ਬਹੁਤ ਹੀ ਵੱਡੀ ਇੱਕ ਕਹਿ ਲਓ ਕਿ ਟ੍ਰਾਂਸਫਾਰਮੇਸ਼ਨ ਸੀਗੀ ਰਿਐਲਿਟੀ ਤੋਂ ਬਹੁਤ ਘੱਟ ਹੀ ਜਮਾ ਮੁਸ਼ਕਲ ਨਹੀਂ ਰਿਹਾ ਇਹੀ ਕਰਦੇ ਆਏ ਆ ਪਿਛਲੇ ਅੱਗੇ ਵੀ ਇਹੀ ਕੋਈ ਕਰਨਾ ਅੱਜ ਚੱਕ ਲਓ ਕੈਮਰਾ ਅੱਜ ਵੀ ਕਰ ਸਕਦੇ ਹਾਂ ਸੋ ਮੈਨੂੰ ਲੱਗਦਾ ਇਹ ਕੁਐਸਚਨ ਹੀ ਬਾਕੀਆਂ ਲਈ ਹੋ ਸਕਦਾ ਮੈਨੂੰ ਲੱਗਦਾ ਹੁਣ ਠੀਕ ਹੈ ਵੀ ਚੱਲ ਰਿਹਾ ਹੁਣ ਤਾਂ ਚੱਲ ਹੀ ਰਿਹਾ ਕੰਮ ਸੋ ਹੁਣ ਤਾਂ ਹੈ ਕਿ ਸੈਲਫ ਮਾਰੋ ਸਟਾਰਟ ਹੋ ਚਲੋ ਕੀ ਕਰਨਾ ਦੱਸੋ ਮੈਨੂੰ ਲੱਗਦਾ ਕਿ ਕੋਮੇਡੀ ਕਰਦੇ ਕਰਦੇ ਜਿਹੜੀ ਗੱਲ ਕਰਕੇ ਜਾਂਦੀ ਆ ਫਿਲਮ ਉਹ ਬਹੁਤ ਜ਼ਰੂਰੀ ਆ ਬਹੁਤ ਵੱਡੀ ਗੱਲ ਆ ਔਰ ਇਹੀ ਖੂਬਸੂਰਤੀ ਆ ਕੋਮੇਡੀ ਦੀ ਕਿ ਸਿਚੁਏਸ਼ਨਲ ਕੋਮੇਡੀ ਆ ਕੋਈ ਇੱਦਾਂ ਨਹੀਂ ਵੀ ਪੰਚ ਹੈਗੇ ਆ ਉਹ ਸਿਚੁਏਸ਼ਨ 'ਤੇ ਤੁਸੀਂ ਉਹਦੇ ਨਾਲ ਬਹਿ ਜਾਂਦੇ ਪੰਜਾਬੀ ਸਿਖਾ ਰਹੇ ਇਹਨੂੰ ਸਾਡੀ ਕੋਸ਼ਿਸ਼ ਸੀ ਕਿ ਜਿੰਨੇ ਆਉਣ ਯੰਗ ਮੁੰਡੇ ਆਉਣ ਹਨਾ ਸੋ ਸਾਡਾ ਡਾਇਰੈਕਟਰ ਦੇਖੋ ਸਾਡਾ ਰਾਈਟਰ ਦੇਖੋ ਹਨਾ ਸਾਨੂੰ ਲੱਗਦਾ ਸਾਡੇ ਕੋਲ ਬਹੁਤ ਸਟਰੋਂਗ ਟੀਮ ਹੈ ਅੱਗੇ ਵੀ ਬਹੁਤ ਖਤਰਨਾਕ ਬਣਾਵਾਂਗੇ ਅੰਗਰੇਜ਼ੀ ਆ ਗਈ ਕੋਈ ਨੀ ਚਲੋ ਹੋਰ ਕੁਛ ਰਹਿ ਗਿਆ ਇੰਨਾ ਟਾਈਮ ਚਲੋ ਥੈਂਕ ਯੂ ਸੋ ਮਚ ਸਾਰਿਆਂ ਦਾ ਤੁਸੀਂ ਵੀ ਤਿਆਰੀ ਵੀ ਦੱਸ ਦਿਓ ਥੋੜੀ ਕਿੰਨੀ ਉਹ ਵੀ ਕਰ ਲਾਂਗੇ ਪਹਿਲਾਂ ਆਹ ਸਾਰੇ ਚੜੇ ਤੁਹਾਨੂੰ ਤਿਆਰੀ ਹੁਣ ਸਾਨੂੰ ਪਤਾ ਹੈ ਕਿ ਸਾਨੂੰ ਕਰਨੀ ਉਹ ਵੀ ਦੱਸਾਂ ਕੋਈ ਨਾਰਾਜ਼ਗੀ ਨਹੀਂ ਹੈ ਕਿਹੜਾ ਬੋਲਿਆ ਦੇਖੋ ਮੀਡੀਆ ਦੇ ਕੁਛ ਰੋਲ ਨੇ ਮੈਨੂੰ ਲੱਗਦਾ ਜੇ ਉਹ ਰੋਲ ਚੰਗੀ ਤਰ੍ਹਾਂ ਨਿਭਾਉਣਗੇ ਤਾਂ ਮੈਨੂੰ ਲੱਗਦਾ ਜਿਹੜਾ ਸਾਡੀ ਕੰਟਰੀ ਆ ਬਹੁਤ ਗਰੋ ਕਰ ਸਕਦੀ ਹੈ ਤਾਂ ਮੈਨੂੰ ਲੱਗਦਾ ਅੱਜ ਦੇ ਟਾਈਮ 'ਚ ਜਿਹੜਾ ਬਹੁਤ ਵੱਡਾ ਇਸ਼ੂ ਹੈ ਜਿਹੜਾ ਮੀਡੀਆ ਜੋ ਪਰੋਸਿਆ ਜਾਂਦਾ ਦੇਖਿਆ ਜਾਂਦਾ ਆਮ ਲੋਕਾਂ 'ਤੇ ਬਹੁਤ ਪ੍ਰਭਾਵ ਪੈਂਦਾ ਉਸ ਚੀਜ਼ ਦਾ ਸੋ ਮੈਨੂੰ ਲੱਗਦਾ ਮੀਡੀਆ ਚੌਥਾ ਥੰਮ ਨਹੀਂ ਹੁਣ ਤਾਂ ਪਹਿਲਾ ਥੰਮ ਹੀ ਬਣ ਗਿਆ ਹਰ ਚੀਜ਼ ਜੋ ਦਿਖਦੀ ਹੈ ਲੋਕਾਂ ਨੂੰ ਐਂ ਲੱਗਦਾ ਹੁਣ ਤੁਸੀਂ ਵੀ ਤਾਂ ਹਰ ਫਿਲਮ ਨੂੰ ਐਂ ਦਿਖਾਉਂਦੇ ਹੋ ਨਾ ਵੀ ਔਸਕਰ ਹੀ ਹੈ ਇਹਨੂੰ ਹਨਾ ਤਾਂ ਲੋਕਾਂ ਨੂੰ ਐਂ ਲੱਗਦਾ ਉਹ ਫਿਲਮ ਬਹੁਤ ਵਧੀਆ ਸੋ ਤੁਹਾਡੇ ਜ਼ਰੀਏ ਬਹੁਤ ਵੱਡੀ ਚੀਜ਼ ਲੋਕਾਂ ਸਾਹਮਣੇ ਜਾਂਦੀ ਮੈਂ ਚਾਹੁੰਦਾ ਵੀ ਜਿਹੜੀ ਵਾਕਈ ਫਿਲਮ ਵਧੀਆ ਲੱਗੇ ਤਾਂ ਲੋਕਾਂ ਨੂੰ ਐਂ ਲੱਗੇ ਕਿ ਦੇਖਣੀ ਚਾਹੀਦੀ ਹੈ ਲੱਗਦਾ ਉਸ ਚੀਜ਼ ਹਾਂ ਜ਼ਰੂਰੀ ਹੈ ਇਹ ਕਹਿਣਾ ਬਹੁਤ ਜ਼ਰੂਰੀ ਹੈ ਤਾਂ ਮੈਨੂੰ ਲੱਗਦਾ ਜਦੋਂ ਮੀਡੀਆ ਆਪਣਾ ਸਹੀ ਕੁਐਸਚਨ ਕਰੂਗਾ ਤਾਂ ਬਹੁਤ ਸੁਧਾਰ ਹੋ ਸਕਦੇ ਨੇ ਸਿਸਟਮ 'ਚ ਵੀ ਅਤੇ ਫਿਲਮਾਂ 'ਚ ਵੀ ਹਾਂਜੀ ਹਾਂ ਹਾਂ ਰੋਟੀ ਕਰਕੇ ਬੈਠੇ ਹਾਂ ਆਪਾਂ ਵੀ ਇੱਥੇ ਮੈਨੂੰ ਤਾਂ ਡਾਇਲੋਗ ਹੀ ਸਭ ਤੋਂ ਵੱਧ ਵਧੀਆ ਉਹੀ ਲੱਗਦਾ ਵੀ ਰੋਟੀ ਤਾਂ ਮਿਲ ਜੂਗੀ ਆਪਾਂ ਰੋਟੀ ਕਰਕੇ ਬੈਠੇ ਹਾਂ ਇੱਥੇ ਸਾਰੇ ਅਸੀਂ ਵੀ ਰੋਟੀ ਕਰਕੇ ਕੰਮ ਕਰਦੇ ਹਾਂ ਸੋ ਥੈਂਕ ਯੂ ਸੋ ਮਚ ਫਿਲਮ ਲੱਗ ਚੁੱਕੀ ਹੈ ਸਿਨੇਮਿਆਂ 'ਚ ਅਤੇ ਵੱਧ ਤੋਂ ਵੱਧ ਜਾ ਕੇ ਦੇਖ ਕੇ ਆਓ ਨਾ ਆਪਣੇ ਰਿਵਿਊ ਜ਼ਰੂਰ ਦੇ ਥੈਂਕ ਯੂ ਸੋ ਮਚ ਭਾਅ ਜੀ ਥੈਂਕ ਯੂ ਸੋ ਮਚ